ਸਤਿਕਾਰਯੋਗ ਮੁਲਾਜ਼ਮ ਸਾਥੀਓ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਸਾਂਝੇ ਫਰੰਟ ਦੀ ਰੈਲੀ ਨੂੰ CPF ਕਰਮਚਾਰੀ ਯੂਨੀਅਨ ਵੱਲੋਂ ਆਪਣਾ 5 ਦਾ ਪ੍ਰੋਗਰਾਮ ਰੱਦ ਕਰਕੇ ਸਮਰਥਨ ਦਿੱਤਾ ਹੋਇਆ ਸੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਸ ਅੱਜ ਚੰਡੀਗੜ੍ਹ ਵਿਖੇ ਪਹੁੰਚੇ। ਪਰ ਉਸ ਤੋਂ ਬਾਅਦ ਜਿਹੜੀ ਸਰਕਾਰ ਦੇ ਨਾਲ ਮੀਟਿੰਗ ਸੀ ਮੇਨ ਸੈਕਟਰੀਏਟ ਦੇ ਵਿੱਚ, ਉਹ ਸਾਡੀ ਮੀਟਿੰਗ CPF ਕਰਮਚਾਰੀ ਯੂਨੀਅਨ ਦੀ ਸ਼੍ਰੀ VK ਸਿੰਘ IAS ਜੋ ਕਿ ਸਪੈਸ਼ਲ ਮੁੱਖ ਸਕੱਤਰ ਨੇ ਪੰਜਾਬ ਦੇ, ਉਹਨਾਂ ਦੇ ਨਾਲ ਮੀਟਿੰਗ ਹੋਈ। ਪਰ ਬੜੀ ਹਾਸੋਹੀਣੀ ਗੱਲ ਹੋਈ ਮੀਟਿੰਗ ਦੇ ਵਿੱਚ ਕਿ ਉਹ ਇਕੱਲੇ ਬੈਠੇ ਹੋਏ ਸੀ। ਜਦੋਂ ਅਸੀਂ ਪੈਨਸ਼ਨ ਦੇ ਮੁੱਦੇ 'ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਗੱਲਬਾਤ ਹੋਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਤਾਂ ਮੁੱਦੇ ਬਾਰੇ ਜਾਣਕਾਰੀ ਹੀ ਨਹੀਂ। ਔਰ ਅਸੀਂ ਵੀ ਹੈਰਾਨ ਸੀ ਕਿ ਇੱਕ ਸਪੈਸ਼ਲ ਚੀਫ ਸੈਕਟਰੀ ਲੈਵਲ ਦਾ ਅਧਿਕਾਰੀ ਹੋਵੇ, ਉਹ ਮੁੱਦਾ ਜਿਹੜਾ ਸਰਕਾਰ ਲਗਾਤਾਰ 2 ਸਾਲ ਤੋਂ ਡੰਗ ਟਪਾ ਰਹੀ ਹੈ, ਉਹ ਮੁੱਦਾ ਜਿਹਦੇ ਉੱਤੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੋਈ ਹੈ, ਉਹ ਮੁੱਦਾ ਜਿਹਦੇ ਉੱਤੇ ਵਿਰੋਧੀ ਧਿਰਾਂ ਰੌਲਾ ਪਾ ਰਹੀਆਂ, ਉਹ ਪੈਨਸ਼ਨ ਦਾ ਮੁੱਦਾ ਜਿਹਦੇ ਉੱਤੇ ਅੱਜ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਸਵਾਲ ਕਰ ਰਹੀਆਂ। ਪਰ ਅੱਜ ਉਹ ਮੁੱਦਾ ਉੱਥੇ ਦਾ ਉੱਥੇ ਰੁਕਿਆ ਹੋਇਆ ਦਿਖਿਆ ਜਦੋਂ VK ਸਿੰਘ ਜੀ ਨੇ ਗੱਲ ਕਹੀ ਕਿ ਮੈਨੂੰ ਮੁੱਦੇ ਬਾਰੇ ਜਾਣਕਾਰੀ ਨਹੀਂ। ਸੋ ਅੱਜ ਮੇਰੀ ਤੁਹਾਨੂੰ ਜੋ ਅਸੀਂ CPF ਕਰਮਚਾਰੀ ਯੂਨੀਅਨ ਵੱਲੋਂ ਫੈਸਲਾ ਲਿਆ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਅਸੀਂ 4 ਟੀਮਾਂ ਬਣਾ ਰਹੇ ਹਾਂ, ਇੱਕ ਦੁਆਬਾ ਜ਼ੋਨ ਦੀ, ਇੱਕ ਮਾਝਾ ਜ਼ੋਨ, ਇੱਕ ਮਾਲਵਾ 1, ਇੱਕ ਮਾਲਵਾ 2। ਅਤੇ ਅੱਜ ਤੋਂ ਸਾਡਾ ਇਹ ਫੈਸਲਾ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਵੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਬੇਸ਼ੱਕ ਚੋਣ ਜਾਤਾਂ ਵੀ ਲੱਗ ਜੇ, ਜਿੱਥੇ ਵੀ ਇਹ ਵੋਟਾਂ ਮੰਗਣ ਦੇ ਲਈ ਜਾਂ ਪ੍ਰਚਾਰ ਦੇ ਲਈ ਕਿਸੇ ਵੀ ਰੈਲੀ ਦੇ ਵਿੱਚ ਆਉਣਗੇ, ਉੱਥੇ CPF ਕਰਮਚਾਰੀ ਯੂਨੀਅਨ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਕਾਲੇ ਝੰਡੇ ਦਿਖਾਏਗੀ ਅਤੇ ਇਹਨਾਂ ਤੋਂ ਸਵਾਲ ਕਰਾਂਗੇ ਕਿ ਤੁਸੀਂ ਪੈਨਸ਼ਨ ਦੇ ਮੁੱਦੇ 'ਤੇ ਸਾਡੇ ਨਾਲ ਵਾਅਦੇ ਕੀਤੇ ਸੀ, ਨੋਟੀਫਿਕੇਸ਼ਨ ਜਾਰੀ ਕੀਤੀ, ਅੱਜ ਤੁਸੀਂ ਕਿੱਥੇ ਖੜ੍ਹੇ ਹੋ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ, ਹੋਏਗਾ ਅਸੀਂ ਤੁਹਾਡੇ ਨਾਲ ਤਾਲਮੇਲ ਕਰਕੇ ਦੱਸਾਂਗੇ, ਅਸੀਂ ਆਪ ਵੀ ਉੱਥੇ ਆਵਾਂਗੇ।